ਜੇ ਕੋਈ ਗੁੱਸਾ ਗਿੱਲਾ ਤੁਹਾਡਾ ਮੇਰੇ ਤੇ ਕੱਢੋ, ਮੈਨੂੰ ਕਮਰੇ ਚ ਲੈ ਜਾਓ ਤੇ ਲੰਮਾ ਪਾ ਲਓ, ਡਾਂਗਾ ਲੈ ਆਓ ਤੇ ਮੇਰੇ ਦੁਆਲੇ ਹੋ ਜਾਓ ਤੁਸੀਂ। ਮੈਂ ਬੇਨਤੀ ਕਰਦਾ ਤੁਹਾਨੂੰ, ਤੁਹਾਡਾ ਜਦੋਂ ਗੁੱਸਾ ਲੈ ਗਿਆ ਉਦੋਂ ਹਟ ਜਾਓ ਸਾਰੇ। ਜਿੰਨਾ ਗੁੱਸਾ ਗਿੱਲਾ ਮੈਂ ਤੁਹਾਨੂੰ ਬਜ਼ੁਰਗਾਂ ਨੌਜਵਾਨਾਂ ਨੂੰ ਬੇਨਤੀ ਕਰਦਾ, ਮਹਾਰਾਜ ਦੀ ਹਜ਼ੂਰ 'ਚ ਮੇਰੀ ਝੋਲੀ 'ਚ ਪਾ ਦਿਓ। ਬੇਨਤੀ ਕਰਦਾ ਹਾਂ ਕਿ ਆਪਾਂ ਸਾਰੇ ਗੁਰੂ ਕੇ ਸਿੱਖ ਔਰ ਤੁਸੀਂ ਸਾਰੇ ਭਾਈ ਦਮਦਮੀ ਟਕਸਾਲ, ਉਹ ਕਲਗੀਧਰ ਪਾਤਸ਼ਾਹ ਜੀ ਦੀ ਸਾਡੀ ਜਥੇਬੰਦੀ, ਉਹਦੇ ਨਾਲ ਬੜਾ ਸਨੇਹ ਰੱਖਣ ਵਾਲੀ ਹੈ ਔਰ ਹਮੇਸ਼ਾ ਤੁਸੀਂ ਸਿੱਖ ਸਿਧਾਂਤਾਂ 'ਤੇ ਬੜਾ ਡੱਟ ਕੇ ਪਹਿਰਾ ਦਿੱਤਾ ਔਰ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਆ ਰਹੇ ਹੋ। ਬੜਾ ਮੈਨੂੰ ਇਸ ਗੱਲ ਦਾ ਤੁਹਾਡੇ ਉੱਤੇ ਮਾਣ ਹੈ, ਸਾਰੇ ਸਿੰਘਾਂ ਦੇ ਉੱਤੇ, ਕਿ ਤੁਸੀਂ ਹਮੇਸ਼ਾ ਦਮਦਮੀ ਟਕਸਾਲ ਦੇ ਕਦਮ ਨਾਲ ਕਦਮ ਮਿਲਾ ਕੇ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਦੇ ਰਹੇ ਹੋ। ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ, ਜੇ ਕੁਝ ਸਾਡੇ ਵਿੱਚ ਮਤਭੇਦ ਆਪਸ ਵਿੱਚ ਹਨ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ। ਜਿਹੜੇ ਬਜ਼ੁਰਗ ਹੁੰਦੇ ਆ ਸਾਧ ਸੰਗਤ ਦੀ, ਉਹ ਬਿਰਖ ਦੀ ਛਾਂ ਵਰਗੇ ਹੁੰਦੇ ਆ। ਬਿਰਖ ਦੀ ਛਾਂ ਥੱਲੇ ਆ ਕੇ ਨਾ ਹਰ ਬੰਦਾ ਧੁੱਪ ਵਿੱਚ ਗਰਮੀ ਵਿੱਚ ਤਪਿਆ ਹੋਇਆ ਵੀ ਸ਼ੀਤਲਤਾ ਮਹਿਸੂਸ ਕਰਦਾ, ਉੱਥੇ ਠੰਡਕ ਪ੍ਰਾਪਤ ਕਰਦਾ। ਬਜ਼ੁਰਗਾਂ ਦੀ ਛਤਰ ਛਾਇਆ ਐਸੀ ਹੁੰਦੀ ਹੈ ਕਿ ਉਹਨਾਂ ਦੀ ਛਾਂ ਥੱਲੇ ਜਦੋਂ ਬੱਚੇ ਆਉਂਦੇ ਆ, ਪਰਿਵਾਰ ਦੇ ਜੀ ਆਉਂਦੇ ਆ, ਉਹਨਾਂ ਨੂੰ ਇਹੋ ਜਿਹਾ ਨਿੱਘ ਮਿਲਦਾ ਨਾ, ਉਹਦੇ ਨਾਲ ਉਹਨਾਂ ਦੇ ਸਾਰੇ ਦੁੱਖ ਜਿਹੜੇ ਆ ਉਹ ਭੁੱਲ ਜਾਂਦੇ ਆ ਔਰ ਉਹ ਬਹੁਤ ਜ਼ਿਆਦਾ ਬਜ਼ੁਰਗਾਂ ਦੀ ਸ਼ੋਅ ਵਿੱਚੋਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦੇ ਆ। ਔਰ ਬਜ਼ੁਰਗਾਂ ਦਾ ਇਹ ਵੀ ਬਹੁਤ ਵੱਡਾ ਦਿਆਲੂ ਸੁਭਾਅ ਹੁੰਦਾ ਕਿ ਉਹ ਆਪਣੇ ਬੱਚਿਆਂ ਦੇ ਨਾਲ ਇੰਨਾ ਸਨੇਹ ਕਰਦੇ ਆ, ਪਿਆਰ ਕਰਦੇ ਆ, ਕਿ ਜੇ ਕੋਈ ਬੱਚਿਆਂ ਦੇ ਵਿੱਚ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਗੱਲ ਨਜ਼ਰ ਆਉਂਦੀ ਹੈ, ਉਹਨਾਂ ਨੂੰ ਪਿਆਰ ਨਾਲ ਗਲਵੱਕੜੀ ਵਿੱਚ ਲੈ ਕੇ ਸਮਝਾ ਕੇ ਫਿਰ ਆਪਣੇ ਸੀਨੇ ਨਾਲ ਲਾ ਕੇ ਉਹਨਾਂ ਦਾ ਸਹਿਯੋਗ ਔਰ ਸਾਥ ਦਿੰਦੇ। ਸੋ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਸਾਰੇ ਸਿੰਘਾਂ ਵਿੱਚ ਇੱਕ ਰੋਮ ਜਿੰਨਾ ਵੀ ਕੋਈ ਫਰਕ ਆ, ਇਹ ਮੇਰੀ ਦਿਲੀ ਇੱਛਾ, ਤੁਸੀਂ ਮਹਿਸੂਸ ਨਹੀਂ ਕਰਨਾ, ਮੈਨੂੰ ਮਾਣ ਹੈ। ਜੋ ਕੋਈ ਵੀ ਤੁਹਾਡੇ ਸਿੰਘਾਂ ਵਿੱਚ ਮਤਭੇਦ ਜਾਂ ਵੱਖਰੇ ਨੇ ਆ, ਆਪਾਂ ਸਾਰਿਆਂ ਨੇ ਇੱਕੋ ਸੰਗਤ ਪੰਗਤ ਵਿੱਚ ਬੈਠ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਇਓ, ਸਾਰੇ ਦੂਰ ਕਰਨੇ, ਸਾਰੇ ਮਸਲੇ ਆਪਾਂ ਠੀਕ ਕਰਨੇ, ਜੋ ਗੁਰਮਤਿ ਅਨੁਸਾਰੀ ਮਸਲੇ ਉਹ ਵੀ, ਜੋ ਸਾਡੇ ਵਿਖਰੇਵੇਂ ਪਏ ਉਹ ਵੀ। ਤੋ ਮੇਰੀ ਇੱਕ ਗੁਜ਼ਾਰਿਸ਼ ਜ਼ਰੂਰ ਹੈ, ਭਾਵੇਂ ਤੁਸੀਂ ਸਿਆਣੇ ਸਿੰਘ ਹੋ, ਗੁਰਮੁਖ ਹੋ, ਵਿੱਚੋਂ ਪੰਜ ਚਾਰ ਸਿੰਘ ਸਿਆਣੇ ਬੈਠ ਕੇ ਇਹਨਾਂ ਗੱਲਾਂ ਨੂੰ ਪਿਆਰ ਨਾਲ ਬੈਠ ਕੇ, ਕਿਉਂਕਿ ਪਤਾ ਸਾਰਿਆਂ ਨੂੰ ਹੀ ਹੈ, ਜੇ ਮੈਂ ਚੁੱਪ ਕਰ ਜਾਂ ਉਹ ਵੀ ਨਹੀਂ ਚੰਗੀ ਗੱਲ। ਤੋ ਮੈਂ ਬੜਾ ਦਿਲੋਂ ਚਾਹੁੰਦਾ ਕਿ ਇਹ ਜਿਹੜਾ ਸਥਾਨ ਹੈ ਨਾ ਸਾਡਾ, ਸਾਨੂੰ ਬਹੁਤ ਵੱਡਾ ਇਸ ਸਥਾਨ 'ਤੇ ਮਾਣ ਹੈ, ਕਿਉਂਕਿ ਦਮਦਮੀ ਟਕਸਾਲ ਦੀ ਇੱਥੋਂ ਹਮੇਸ਼ਾ ਗੱਲ ਚੱਲੀ ਔਰ ਦਮਦਮੀ ਟਕਸਾਲ ਦਾ ਇੱਥੋਂ ਬਹੁਤ ਵੱਡਾ ਹਮੇਸ਼ਾ ਹੀ ਦੁਨੀਆ ਦੇ ਵਿੱਚ ਪੈਗਾਮ ਕਹਿ ਲਓ, ਵਿਚਾਰ ਕਹਿ ਲਓ, ਸਾਰੇ ਸਿੰਘਾਂ ਨੇ ਤੁਸੀਂ ਬੜੀ ਚੜ੍ਹਦੀ ਕਲਾ ਨਾਲ ਸੇਵਾਵਾਂ ਕੀਤੀਆਂ, ਅੱਜ ਵੀ ਕਰ ਰਹੇ ਹੋ। ਤੋ ਸਾਰੇ ਤੁਸੀਂ ਇਕੱਠੇ ਹੋ ਪਿਆਰ ਨਾਲ ਅਤੇ ਸਾਰੇ ਇੱਕ ਦੂਜੇ ਨਾਲ ਗਲਵੱਕੜੀਆਂ ਪਾਓ, ਨੌਜਵਾਨਾਂ ਨੂੰ ਵੀ ਆਪਣੇ ਨਾਲ ਲਓ ਅਤੇ ਉਹਨਾਂ ਨਾਲ ਸਨੇਹ ਦਿਖਾਉਂਦੇ ਹੋਏ ਜੋ ਵਿਚਾਰ ਆਪਾਂ ਆਪਸ ਵਿੱਚ ਬੈਠ ਕੇ ਪਿਆਰ ਨਾਲ ਸਾਰੀਆਂ ਗੱਲਾਂ ਦੇ ਹੱਲ ਕਰਨੇ ਹੈ, ਇਹ ਤੁਸੀਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ। ਮੈਂ ਆਸ ਵੀ ਰੱਖਦਾ, ਮਾਣ ਵੀ ਰੱਖਦਾ ਤੁਹਾਡੇ 'ਤੇ
ਔਰ ਮੈਂ ਜਬਰੀ ਵੀ ਤੁਹਾਡੇ ਕੋਲੋਂ ਬੇਨਤੀ ਕਰਕੇ ਮਨਾ ਸਕਦਾ ਕਿ ਤੁਸੀਂ ਮੇਰੇ ਬਜ਼ੁਰਗ ਹੋ ਗਈ, ਮੈਂ ਤੁਹਾਨੂੰ ਮਨਾਉਣਾ ਹੀ ਮਨਾਉਣਾ, ਮੈਂ ਤੁਹਾਨੂੰ ਆਪਣੇ ਹੱਥ 'ਤੇ ਲਾਉਣਾ ਹੀ ਲਾਉਣਾ। ਕਿਉਂ ਜਿਹੜਾ ਬਾਲ ਹੱਥ ਹੁੰਦਾ ਨਾ, ਉਹ ਮਾਪਿਆਂ ਅੱਗੇ ਸਾਧ ਸੰਗਤ ਜੀ ਸਿਰੇ ਚੜ੍ਹਦਾ, ਤਾਂ ਹੀ ਬੱਚਾ ਹੱਥ ਕਰਦਾ ਮਾਂ ਬਾਪ ਦੇ ਅੱਗੇ। ਜੇ ਬੱਚੇ ਨੂੰ ਇਹ ਹੋਵੇ ਨਾ ਵੀ ਮਾਂ ਬਾਪ ਨੇ ਮੇਰਾ ਹੱਥ ਨਹੀਂ ਪੂਰਾ ਕਰਨਾ, ਉਹ ਕਦੇ ਨਹੀਂ ਕਰਦਾ, ਨਿਰਾਸ਼ ਹੋ ਜਾਂਦਾ। ਤਾਂ ਤੁਹਾਡੇ 'ਤੇ ਸਾਨੂੰ ਮਾਣ ਹੈ ਸਾਰਿਆਂ, ਤੁਸੀਂ ਸਾਡਾ ਪਰਿਵਾਰ ਹੋ, ਟਕਸਾਲ ਦਾ ਪਰਿਵਾਰ ਹੋ, ਦਮਦਮੀ ਟਕਸਾਲ ਨਾਲ ਤੁਹਾਡੀ ਜਾਨ ਨਾਲ ਜਾਨ ਹੈ। ਜਿੰਨੀ ਵੱਡੀ ਤੁਸੀਂ ਸੇਵਾ ਕਰ ਸਕਦੇ ਹੋ ਜਾਂ ਕੀਤੀ ਹੈ ਜਾਂ ਕਰ ਰਹੇ ਹੋ, ਦਸੇ 'ਚ ਰਹਿਣ ਵਾਲੇ ਸਿੰਘ ਐਡੀ ਸੇਵਾ ਨਹੀਂ ਕਰ ਸਕਦੇ, ਮੈਂ ਸੱਚਾ ਬਚਨ ਕਹਿ ਰਿਹਾ। ਜਿਵੇਂ ਤੁਸੀਂ ਭਾਵੇਂ ਜਥੇ 'ਚ ਰਹੇ ਹੋ ਜਾਂ ਨਹੀਂ ਵੀ ਰਹੇ ਹੋ, ਪਰ ਤੁਹਾਡੀ ਸੇਵਾ ਕੁਰਬਾਨੀ ਜਥੇ ਦੇ ਵਿਦਿਆਰਥੀਆਂ ਨਾਲੋਂ ਵੱਧ ਹੈ, ਵੱਧ ਸੇਵਾ ਕਰਦੇ ਹੋ ਤੁਸੀਂ ਹਰ ਮਸਲੇ 'ਤੇ ਪੂਰੀ ਦ੍ਰਿੜਤਾ ਨਾਲ। ਇਸ ਕਰਕੇ ਮੇਰੀ ਹੱਥ ਜੋੜ ਕੇ ਗਲ ਵਿੱਚ ਫੱਲਾ ਪਾ ਕੇ ਮਹਾਰਾਜ ਦੀ ਹਜ਼ੂਰੀ 'ਚ ਬੇਨਤੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮ ਹੈ ਤੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਬਚਾਏ। ਇਹੋ ਜਿਹਾ ਸੰਦੇਸ਼ ਜਾਵੇ ਕਿ ਆਪਾਂ ਦੇਖੋ ਪੁਰਾਣੇ ਸਮਿਆਂ 'ਚ ਸਿੰਘਾਂ ਵਿੱਚ ਕਈ ਗੱਲਾਂ ਦੇ ਰੌਲੇ ਗੌਲੇ ਪੈ ਜਾਂਦੇ ਸਨ, ਕਿੰਨੀ ਗੱਲ ਹੁੰਦੀ ਵੀ ਹੁੰਦੇ ਸੀ, ਕੀ ਕਰਨਾ, ਸਿਆਣੇ ਸਿੰਘਾਂ ਨੇ ਬੈਠ ਕੇ ਸਮਝਾਉਣਾ ਇੱਕ ਦੂਜੇ ਨੂੰ। ਫਿਰ ਇੰਨਾ ਮਾਣ ਹੁੰਦਾ ਸੀ ਕਿ ਮਿਸਲਾਂ ਦੇ ਵਿੱਚ ਵੀ ਬੜਾ ਕੁਛ ਆਉਂਦਾ ਸੀ, ਆਪਸ ਵਿੱਚ ਸਿੰਘ ਲੜ ਵੀ ਪੈਂਦੇ ਸਨ, ਅਤੇ ਜਦੋਂ ਪੰਥ 'ਤੇ ਔਕੜ ਆਉਣੀ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ, ਸਾਰੇ ਸਿੰਘਾਂ ਨੂੰ ਅਕਾਲ ਤਖ਼ਤ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਇਕੱਲਾ ਅਕਾਲ ਤਖ਼ਤ 'ਤੇ ਨਹੀਂ, ਜੰਗਲਾਂ ਵਿੱਚ ਵੀ ਇਸ ਤਰ੍ਹਾਂ ਹੁੰਦਾ ਰਿਹਾ। ਜੰਗਲਾਂ ਵਿੱਚ ਵੀ ਮਹਾਰਾਜਾ ਪ੍ਰਕਾਸ਼ ਕਰਕੇ ਉੱਥੇ ਦੇਗ ਤਿਆਰ ਕਰਨੀ, ਅਤੇ ਸਾਰੇ ਸਿੰਘਾਂ ਨੇ ਬੈਠ ਜਾਣਾ, ਜ਼ਿੰਮੇਵਾਰ ਸਿੰਘਾਂ ਨੇ ਕਹਿਣਾ ਸਿੰਘੋ ਉੱਠੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਅੱਜ ਤੋਂ ਬਾਅਦ ਤੁਸੀਂ ਮਨ 'ਚ ਕੋਈ ਬਖਰੇਵਾਂ ਨਹੀਂ ਰੱਖਣਾ, ਅਤੇ ਸਾਰੇ ਭਰਾ ਬਣ ਕੇ ਰਹਿਣਾ, ਅਤੇ ਅਰਦਾਸ ਹੋ ਜਾਣੀ, ਹੁਕਮਨਾਮਾ ਤੋਂ ਬਾਅਦ ਦੇਗ ਵਰਤ ਜਾਣੀ, ਸਾਰਿਆਂ ਨੇ ਇਕੱਠੇ ਹੋ ਕੇ ਦੇਗ ਸਿੱਖਣੀ ਅਤੇ ਬਾਹਰ ਜਾ ਕੇ ਗਲਵੱਕੜੀਆਂ ਪਾ ਲੈਣੀਆਂ। ਇਹ ਸਾਡਾ ਸਿਧਾਂਤ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਵੇਲੇ ਜਥੇ ਦੇ ਵਿੱਚ ਸਿੰਘ ਕਈ ਵਾਰੀ ਲੜ ਪੈਂਦੇ ਸੀ, ਇੱਕ ਦੂਜੇ ਨੂੰ ਮਨ ਮੁਟਾਵ ਹੋ ਜਾਣੇ, ਸੰਤਾਂ ਨੇ ਫਿਰ ਕੋਲ ਬਿਠਾ ਕੇ ਉਹਨਾਂ ਦੀਆਂ ਗਲਵੱਕੜੀਆਂ ਪਿਆਰ ਨਾਲ ਉਹਨਾਂ ਨੂੰ ਬਿਠਾ ਕੇ ਸਮਝਾ ਕੇ, ਇੰਨਾ ਪਿਆਰ ਉਹਨਾਂ ਦਾ ਕਿ ਉਹ ਸਿੰਘ ਦੇਖੋ ਫਿਰ ਦਰਬਾਰ ਸਾਹਿਬ ਤੱਕ ਸ਼ਹੀਦੀਆਂ ਉਹਨਾਂ ਨੇ ਦਿੱਤੀਆਂ, ਕੁਰਬਾਨੀਆਂ ਦਿੱਤੀਆਂ। ਤਾਂ ਮੇਰੀ ਬੇਨਤੀ ਇਹ ਹੈ ਵੀ ਆਪਾਂ ਗੁਰਮਤ ਦੀ ਜੁਗਤ ਵਿੱਚ ਰਹਿ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਔਰ ਆਪਾਂ ਜਿੰਨੇ ਵੀ ਸਾਰੇ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਗੁਰ ਉਪਦੇਸ਼ ਚਲਾਏ, ਆਪਾਂ ਸਾਰੇ ਭਰਾ, ਆਪਾਂ ਇੱਕ ਪਰਿਵਾਰ ਹਾਂ, ਪੰਥ ਆਪਣਾ ਇੱਕ ਜਥੇਬੰਦਕ ਸਿਸਟਮ ਹੈ, ਫਿਰ ਦਮਦਮੀ ਟਕਸਾਲ ਤਾਂ ਤੁਹਾਡੀ ਕੌਮ ਦੀ ਉਹ ਜਥੇਬੰਦੀ ਹੈ ਜਿਹਦਾ ਕੋਈ ਸਾਨੀ ਨਹੀਂ। ਦੇਖੋ ਕੁਰਬਾਨੀਆਂ ਵਿੱਚ ਵੀ, ਪਰਉਪਕਾਰ ਵਿੱਚ ਵੀ, ਪੰਥ ਦੀ ਸੇਵਾ ਵਿੱਚ ਵੀ, ਤੁਸੀਂ ਉਹ ਜਥੇਬੰਦੀ ਦੇ ਵਾਰਸ ਹੋ, ਉਸ ਜਥੇਬੰਦੀ ਨਾਲ ਜੁੜੇ ਹੋ। ਅਤੇ ਇਸ ਕਰਕੇ ਆਪਾਂ ਸਾਰੇ ਨੇ ਮਿਲ ਕੇ ਕਦਮ ਨਾਲ ਕਦਮ ਔਰ ਇਕੱਠੇ ਹੋ ਕੇ ਚੱਲਣਾ, ਸਾਰੇ ਮਨ ਮੁਟਾਵ ਦੂਰ ਕਰਨੇ ਹੈ। ਅਗਲੀ ਵਾਰੀ ਜਦੋਂ ਪ੍ਰੋਗਰਾਮ ਹੋਣ ਇੱਥੇ ਗਹਿਮਾ ਗਹਿਮ ਸੰਗਤਾਂ ਦੀ, ਔਰ ਸਾਰੇ ਮਿਲ ਕੇ ਪ੍ਰੋਗਰਾਮ ਕਰੋ, ਨੌਜਵਾਨ ਵੀ ਬਜ਼ੁਰਗ ਵੀ, ਔਰ ਚੜ੍ਹਦੀ ਕਲਾ ਨਾਲ ਮਿਲ ਕੇ ਆਪਾਂ ਚੱਲਣਾ। ਇਹ ਮੇਰੀ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ। ਜੇ ਕੋਈ ਗੁੱਸਾ ਗਿੱਲਾ ਤੁਹਾਡਾ ਮੇਰੇ 'ਤੇ ਕੱਢੋ, ਮੈਨੂੰ ਕਮਰੇ 'ਚ ਲੈ ਜਾਓ, ਅਤੇ ਲੰਮਾ ਪਾ ਲਓ, ਡਾਂਗਾ ਲੈ ਆਓ, ਅਤੇ ਮੇਰੇ ਦੁਆਲੇ ਹੋ ਜਾਓ ਤੁਸੀਂ।
ਮੈਂ ਬੇਨਤੀ ਕਰਦਾ ਤੁਹਾਨੂੰ, ਤੁਹਾਡਾ ਜਦੋਂ ਗੁੱਸਾ ਲੈ ਗਿਆ ਉਦੋਂ ਹਟ ਜਾਇਓ ਸਾਰੇ, ਅਤੇ ਫਿਰ ਤੁਸੀਂ ਇੱਥੇ ਬਹਿ ਕੇ ਪਿਆਰ ਨਾਲ ਇੱਕ ਦੂਜੇ ਨਾਲ ਗਲਵੱਕੜੀਆਂ ਪਾਓ, ਪਿਆਰ ਨਾਲ ਚੱਲੋ। ਜਿੰਨਾ ਗੁੱਸਾ ਗਿੱਲਾ ਮੈਂ ਤੁਹਾਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ, ਮਹਾਰਾਜ ਦੀ ਹਜ਼ੂਰ 'ਚ ਮੇਰੀ ਝੋਲੀ 'ਚ ਪਾ ਦਿਓ, ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਮੇਰੀ ਝੋਲੀ 'ਚ ਪਾਓ ਇਹ, ਅਤੇ ਅੱਗੇ ਨਾਲੋਂ ਪਿਆਰ ਨਾਲ ਸਾਰੇ ਸਿੰਘ ਇੱਕ ਦੂਜੇ ਦਾ ਸਹਿਯੋਗ ਦਿਓ। ਇਹ ਸਾਡੇ ਬਜ਼ੁਰਗ ਹੈ, ਇਹਨਾਂ ਦਾ ਸਹਿਯੋਗ ਆਪਾਂ ਦੇਣਾ, ਇਹਨਾਂ ਨੇ ਆਪਾਂ ਨੂੰ ਗਲਵੱਕੜੀ ਵਿੱਚ ਲੈਣਾ, ਸੋ ਇਹ ਵੀ ਆਪਾਂ ਨੂੰ ਤੁਹਾਨੂੰ ਗਲਵੱਕੜੀਆਂ 'ਚ ਲੈਣ, ਅਤੇ ਇਹ ਆਪਣਾ ਸਹਿਯੋਗ ਆਪਾਂ ਇਹਨਾਂ ਦਾ, ਆਪਾਂ ਇੱਕ ਪਰਿਵਾਰ। ਇਸ ਕਰਕੇ ਮੇਰੀ ਬੇਨਤੀ, ਤੁਸੀਂ, ਮੈਂ ਸਿਰ ਝੁਕਾ ਕੇ ਤੁਹਾਡਾ ਸਭ ਤੋਂ ਛੋਟਾ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਜੇ ਮੇਰੇ ਤੋਂ ਕੋਈ ਭੁੱਲ ਚੱਕ ਸ਼ਬਦ ਨਿਕਲ ਗਿਆ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ। ਤੁਹਾਡਾ ਬਹੁਤ ਬਹੁਤ ਧੰਨਵਾਦ।